ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਹੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਹਾਂ ਅੱਜ 24 25 ਅਪ੍ਰੈਲ ਕਿ ਇਹਨਾਂ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕੀ ਹਲਚਲ ਪੰਜਾਬ ਵਿੱਚ ਲੈ ਕੇ ਆ ਰਿਹਾ ਹੈ ਸੋ ਪਹਿਲਾਂ ਤਾਂ ਆ ਜਿਆ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਅੱਜ 24 ਅਪ੍ਰੈਲ ਮੌਸਮ ਫਿਲਹਾਲ ਠੀਕ ਠਾਕ ਆ ਸਾਫ਼ ਖੁਸ਼ਕ ਹੈ ਤੇ ਜਿਹੜੇ ਪਿਛਲੇ ਸਿਸਟਮ ਸੀ ਉਹ ਅੱਗੇ ਨਿਕਲ ਚੁੱਕੇ ਨੇ ਤੇ ਅੱਜ 24 ਤਰੀਕ ਪੰਜਾਬ ਦੇ ਆਸ-ਪਾਸ ਲਗਭਗ ਸਾਰੇ ਹਿੱਸਿਆਂ ਵਿੱਚ ਕੋਈ ਬਦਲੀ ਸਿਸਟਮ ਨਹੀਂ ਹੈ ਜਿਹਦੇ ਚੱਲਦੇ ਮੌਸਮ ਫਿਲਹਾਲ ਅੱਜ 24 ਅਪ੍ਰੈਲ ਨੂੰ ਜ਼ਿਆਦਾਤਰ ਪੰਜਾਬ ਦਾ ਠੀਕ ਠਾਕ ਸਾਫ਼ ਖੁਸ਼ਕ ਹੀ ਦੇਖਣ ਨੂੰ ਮਿਲੂਗਾ। ਕੁਝ ਹਲਕੇ ਫੁਲਕੇ ਬੱਦਲਾਂ ਦੀ ਆਵਾਜ਼ਾਈ ਹੋ ਸਕਦੀ ਹੈ ਜਿਹੜੀ ਕਿ ਅੱਜਕੱਲ ਇਹਨਾਂ ਦਿਨਾਂ ਵਿੱਚ ਨਾਰਮਲ ਹੁੰਦੀ ਹੈ। ਗਰਮੀ ਦੇ ਦਿਨਾਂ ਵਿੱਚ ਜਿਹੜੇ ਹਲਕੇ ਫੁਲਕੇ ਬੱਦਲ ਨੇ ਆਸਮਾਨ ਦੇ ਵਿੱਚ ਉਚਾਈ ਵਾਲੇ ਬੱਦਲ ਹੁੰਦੇ ਨੇ ਉਹ ਆਵਾਜ਼ਾਈ ਕਰਦੇ ਰਹਿੰਦੇ ਨੇ। ਸੋ ਜਿੰਨਾ ਚੱਲਦੇ ਧੁੱਪ ਬੱਦਲ ਦਾ ਜਿਹੜਾ ਮਾਹੌਲ ਆ ਉਹ ਪੰਜਾਬ ਵਿੱਚ ਬਣਿਆ ਰਹਿੰਦਾ ਹੈ। ਪਰ ਕੋਈ ਮੌਸਮ ਦੀ ਹਲਚਲ ਨਹੀਂ ਹੋਵੇਗੀ। ਕਹਿਣ ਦਾ ਮਤਲਬ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਮੀਂਹ ਦੀਆਂ ਗਤੀਵਿਧੀਆਂ ਜਾਂ ਹਨੇਰੀ ਕਿਸੇ ਤਰ੍ਹਾਂ ਦੀ ਕੋਈ ਗਰਜ ਚਮਕ ਵਰਗੇ ਅਸਰ ਨਹੀਂ ਹਨ ਮੌਸਮ ਠੀਕ ਠਾਕ ਹੋਸ਼ਕਾ ਇਸੇ ਤਰ੍ਹਾਂ ਦਾ ਮੌਸਮ ਲਗਭਗ 25 ਅਪ੍ਰੈਲ ਨੂੰ ਵੀ ਬਣਿਆ ਰਹੂਗਾ ਸੋ ਕਿਸਾਨ ਜਿਹੜੇ ਕਣਕ ਦੀ ਬੜਾਈ ਕਰ ਰਹੇ ਨੇ ਤਾਂ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਕਣਕ ਦੀ ਬੜਾਈ ਦਾ ਕੰਮ ਜੇਕਰ ਨਵੇੜ ਲੈਣਗੇ ਤਾਂ ਜ਼ਿਆਦਾ ਵਧੀਆ ਰਹੇਗਾ ਕਿਉਂਕਿ 26 ਤਰੀਕ ਤੋਂ ਥੋੜੀ ਬਹੁਤ ਮੌਸਮੀ ਗਤੀਵਿਧੀਆਂ ਪੰਜਾਬ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ ਜਿਹੜੀ ਕਿ ਅਗਲੇ 2-3 ਦਿਨਾਂ ਤੱਕ ਜਾਰੀ ਰਹਿ ਸਕਦੀਆਂ ਨੇ ਹਾਲਾਂਕਿ ਜ਼ਿਆਦਾ ਵੱਡੀਆਂ ਮੌਸਮੀ ਹਲਚਲਾਂ ਨਹੀਂ ਹੋਣਗੀਆਂ ਪਰ ਫਿਰ ਵੀ ਪੈਚੀ ਰੂਪ ਦੇ ਵਿੱਚ ਹੋ ਸਕਦਾ ਹੈ ਕਿ 26 ਤਰੀਕ ਤੋਂ ਅਗਲੇ 2-4 ਦਿਨਾਂ ਤੱਕ ਕੁਝ ਅਚਾਨਕ ਬਹੁਤ ਛੋਟੇ-ਮੋਟੇ ਬੱਦਲ ਬਣ ਕੇ ਕੁਝ ਮੀਂਹ ਆ ਗਿਆ ਹਨੇਰੀ ਆ ਗਈ ਜਾਂ ਤੇਜ਼ ਹਵਾਵਾਂ ਚੱਲ ਗਈਆਂ ਆਉਂਦੇ ਜਾਂਦੇ ਬੱਦਲ ਕੁਝ 10-20 ਮਿੰਟ ਲਈ ਹਲਕਾ ਫੁਲਕਾ ਕਿਣਮਣ ਪੈ ਗਈ ਜਾਂ ਕੁਝ ਇਲਾਕਿਆਂ ਵਿੱਚ ਥੋੜੀ-ਬਹੁਤ ਛੋਟੇ-ਮੋਟੇ ਗੜੇਮਾਰੀ ਵੀ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਸੋ ਕਿਸਾਨਾਂ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਫਸਲਾਂ ਤਿਆਰ ਨੇ ਤਾਂ 24 ਅਤੇ 25 April ਤੱਕ ਜਾਂ ਫੇ 26 April ਦੀ ਵੀ ਦੁਪਹਿਰ ਸ਼ਾਮ ਤੱਕ ਜੇਕਰ ਫਸਲਾਂ ਦੀ ਕਟਾਈ ਕਰਕੇ ਦਾਣੇ ਸਾਂਭ ਲਏ ਜਾਣ ਤਾਂ ਚੰਗੀ ਗੱਲ ਰਹੇਗੀ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਦੋ ਦਿਨਾਂ ਵਿੱਚ 24-25ਪ੍ਰੈਲ ਨੂੰ ਉੱਤਰ-ਪੱਛਮੀ ਹਵਾਵਾਂ ਹੀ ਵਗਣਗੀਆਂ ਹਲਕੇ ਤੋਂ ਦਰਮਿਆਨੇ ਪੱਧਰ ਦੀਆਂ ਗਤੀ ਰਹੇਗੀ 8-10 ਤੋਂ ਲੈ ਕੇ 15 ਤੋਂ 18 ਕਿਲੋਮੀਟਰ ਦੇ ਵਿਚਕਾਰ ਦਿਨ ਦੇ ਟੈਂਪਰੇਚਰ 35 ਤੋਂ ਲੈ ਕੇ 37 ਡਿਗਰੀ ਦੇ ਵਿਚਕਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤੇ ਜਾਣਗੇ ਬਾਕੀ ਜੇਕਰ ਕੋਈ ਮੌਸਮ 'ਚ ਅਚਾਨਕ ਤਬਦੀਲੀ ਆਉਂਦੀ ਹੈ ਜਾਂ ਅਗਲੇ ਦਿਨਾਂ ਵਿੱਚ ਜੋ ਵੀ ਅਪਡੇਟ ਆਉਂਦੀ ਹੈ ਉਹ ਸਮੇਂ-ਸਮੇਂ ਤੇ ਆਪਾਂ ਤੁਹਾਨੂੰ ਅਗਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਸੋ ਸਾਰੇ ਲਗਾਤਾਰ ਮੌਸਮ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਤੇ ਸਹੀ ਸਟੀਕ ਅਪਡੇਟ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਪੰਜਾਬ ਵੈਦ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨਾਲ ਬਨੇ ਰਹੋ